ਜਿੱਦਾਂ ਕਲਗੀਆਂ ਵਾਲਾ ਨਾ ਆਪ ਹੀ ਲਈ ਜਾ ਰਿਹਾ ਹੈ ਕਿ ਕਿਸੇ ਦੇ ਪੈਰ ਹੀ ਨਹੀਂ ਧਰਤੀ ਤੇ ਲੱਗ ਗਏ। ਤੁਸੀਂ ਘਰ ਦੇ ਵਿੱਚ ਹੁੰਦੇ ਹੋ, 10 ਕਦਮ ਵੀ ਚੱਲ ਨਹੀਂ ਸਕਦੇ ਗਰਮੀ ਦੇ ਵਿੱਚ, ਪਰ ਗੁਰੂ ਦੀ ਬਖਸ਼ਿਸ਼ ਰਹਿਮਤ ਹੈ, 35-40 ਕਿਲੋਮੀਟਰ ਰੋਜ਼ ਇਹ ਸਫ਼ਰ ਤੈਅ ਕਰਨਾ। ਉੱਤੋਂ ਗਰਮੀ ਹੁੰਦਾ ਵੀ ਪੂਰੀ ਰੁੱਤ ਹੈ, ਜੂਨ ਦਾ ਮਹੀਨਾ ਹੈ, ਅਤੇ ਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਹੈ ਵੀ ਗੁਰੂ ਆਪ ਹੀ ਅੰਗ ਸੰਗ ਸਹਾਈ ਹੈ ਕਲਗੀਆਂ ਦਾ ਪਾਤਸ਼ਾਹ। ਅਤੇ ਜਦੋਂ ਸੰਗਤਾਂ ਨਮਸਕਾਰ ਕਰਦੀਆਂ, ਕਈ ਗੱਡੀ 'ਤੇ ਲੰਘਦੀਆਂ ਅਤੇ ਉਹਨਾਂ ਦੇ ਕੋਲੋਂ ਥੱਲੇ ਸ਼ੀਸ਼ਾ ਵੀ ਨਹੀਂ ਹੁੰਦਾ ਵੀ ਏਸੀ ਦੇ ਵਿੱਚ ਬੈਠੇ ਨਾਲ ਗਰਮੀ ਲੱਗਦੀ ਹੈ। ਪਰ ਧੰਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦਾ ਉਤਸ਼ਾਹ ਇੰਨਾ ਗਿਆ ਵੀ ਨਾ ਉਹਨਾਂ ਨੂੰ ਗਰਮੀ ਲੱਗਦੀ ਹੈ, ਨਾ ਉਹਨਾਂ ਨੂੰ ਥਕਾਵਟ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ ਕਰਦਿਆਂ, ਸਿਮਰਨ ਕਰਦਿਆਂ, ਕਦਮ ਕਦਮ ਨਾਮ ਸਿਮਰਨ ਕਰਦਿਆਂ ਸੰਗਤਾਂ ਉਸ ਆਪਣੇ ਪਰਵਤਗਾਰ ਵੱਲ ਜਾ ਰਹੀਆਂ ਨੇ। ਇਹ 10-12 ਸਾਲ ਤੋਂ ਦਾਸ ਸੰਗਤ ਦੇ ਨਾਲ ਜਾ ਰਿਹਾ ਹੈ ਅਤੇ ਇਹਦੇ ਸੰਗਤ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਜਿੱਦਾਂ ਕਲਗੀਆਂ ਵਾਲਾ ਨਾ ਆਪ ਹੀ ਲਈ ਜਾ ਰਿਹਾ ਹੈ ਵੀ ਕਿਸੇ ਦੇ ਪੈਰ ਹੀ ਨਹੀਂ ਜਿੱਦਾਂ ਧਰਤੀ 'ਤੇ ਲੱਗਦੇ। ਜਿੰਨੀ ਗਰਮੀ ਹੁੰਦੀ ਹੈ, ਜਿੰਨਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਕਠਿਨ ਯਾਤਰਾ ਹੈ ਅਤੇ ਜਿੰਨੀਆਂ ਵਰਧ ਅਵਸਥਾ ਦੇ ਵਿੱਚ ਸਾਡੀਆਂ ਮਾਵਾਂ ਨੇ, ਸਾਡੇ ਬਜ਼ੁਰਗ ਨੇ, ਅਤੇ ਕਈ ਵਾਰੀ ਸੋਚੀਦਾ ਜਦੋਂ ਅਸੀਂ ਘਰ ਦੇ ਵਿੱਚ ਹੁੰਦੇ ਹਾਂ 10 ਕਦਮ ਵੀ ਚੱਲ ਨਹੀਂ ਸਕਦੇ ਗਰਮੀ ਦੇ ਵਿੱਚ, ਪਰ ਗੁਰੂ ਦੀ ਬਖਸ਼ਿਸ਼ ਰਹਿਮਤ ਹੈ 35-40 ਕਿਲੋਮੀਟਰ ਰੋਜ਼ ਇਹ ਸਫ਼ਰ ਤੈਅ ਕਰਨਾ। ਉੱਤੋਂ ਗਰਮੀ ਹੁੰਦਾ ਵੀ ਪੂਰੀ ਰੁੱਤ ਹੈ, ਜੂਨ ਦਾ ਮਹੀਨਾ ਹੈ, ਅਤੇ ਗੁਰੂ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ ਵੀ ਗੁਰੂ ਆਪ ਹੀ ਅੰਗ ਸੰਗ ਸਹਾਈ ਹੈ ਕਲਗੀਆਂ ਦਾ ਪਾਤਸ਼ਾਹ। ਜਿਸ ਤਰ੍ਹਾਂ ਸੰਗਤ ਜਾਂਦੀ ਹੈ ਅਤੇ ਜਦੋਂ ਸੰਗਤਾਂ ਨਮਸਕਾਰ ਕਰਦੀਆਂ, ਕਈ ਗੱਡੀ 'ਤੇ ਲੰਘਦੀਆਂ ਅਤੇ ਉਹਨਾਂ ਦੇ ਕੋਲੋਂ ਥੱਲੇ ਸ਼ੀਸ਼ਾ ਵੀ ਨਹੀਂ ਹੁੰਦਾ ਵੀ ਏਸੀ ਦੇ ਵਿੱਚ ਬੈਠੇ ਨਾਲ ਗਰਮੀ ਲੱਗਦੀ ਹੈ। ਪਰ ਧੰਨ ਨੇ ਗੁਰੂ ਦੇ ਪਿਆਰੇ ਜਿਨ੍ਹਾਂ ਦਾ ਉਤਸ਼ਾਹ ਇੰਨਾ ਗਿਆ ਵੀ ਨਾ ਉਹਨਾਂ ਨੂੰ ਗਰਮੀ ਲੱਗਦੀ ਹੈ, ਨਾ ਉਹਨਾਂ ਨੂੰ ਥਕਾਵਟ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ ਕਰਦਿਆਂ, ਸਿਮਰਨ ਕਰਦਿਆਂ, ਕਦਮ ਕਦਮ ਨਾਮ ਸਿਮਰਨ ਕਰਦਿਆਂ ਸੰਗਤਾਂ ਉਸ ਆਪਣੇ ਪਰਵਤਗਾਰ ਵੱਲ ਜਾ ਰਹੀਆਂ ਨੇ, ਜੋ 2 ਜੂਨ ਨੂੰ ਅਰਦਾਸ ਕਰਕੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵੀ ਪਾਤਸ਼ਾਹ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੁਆਰੇ ਬਖਸ਼ਿਸ਼ ਕਰਿਓ ਅਤੇ ਪਾਤਸ਼ਾਹ ਕਿਰਪਾ ਕਰਦੇ ਨੇ, ਕਲਗੀਆਂ ਵਾਲਾ ਨਾਲ ਹੀ ਸਾਡੇ ਚੱਲਦਾ ਹੈ। ਕਿਉਂਕਿ ਕੋਈ ਮਾਣ ਵਡਿਆਈ ਨਹੀਂ ਕਿਸੇ ਦੀ ਵੀ ਮੈਂ ਚੱਲ ਰਿਹਾ ਹੈ। ਜੇ ਤਾਂ ਕੋਈ ਕਹੇ ਵੀ ਮੈਂ ਚੱਲ ਰਿਹਾ ਹੈ ਅਤੇ ਉਹ 10 ਕਦਮ ਨਹੀਂ ਚੱਲ ਸਕਦਾ, ਇਹ ਤਾਂ ਗੁਰੂ ਪਾਤਸ਼ਾਹ ਆਪ ਹੀ ਸੰਗਤਾਂ ਦੇ ਉੱਤੇ ਆਪਣਾ ਮਿਹਰ ਪ੍ਰਯਾਸ ਰੱਖ ਕੇ ਖੜ ਰਹੇ ਨੇ। ਅਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਸੰਗਤਾਂ 'ਤੇ, ਬੜੀ ਬਖਸ਼ਿਸ਼ ਹੈ ਗੁਰੂ ਦੀ, ਜਿਹੜੀ ਇਹ ਮਾਲਕ ਇਹਨਾਂ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਕਰਾਉਂਦੇ ਨੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ। ਜੋ ਬੜਾ ਚਾਅ ਹੁੰਦਾ, ਜਿਉਂ ਜਿਉਂ ਲਾਗੇ ਸ੍ਰੀ ਹੇਮਕੁੰਟ ਸਾਹਿਬ ਆਈ ਜਾਂਦਾ ਹੈ, ਤਿਉਂ ਤੋਂ ਹੀ ਸੰਗਤਾਂ ਦੇ ਵਿੱਚ ਚਾਅ, ਉਹਨਾਂ ਹੀ ਸੰਗਤਾਂ ਦੇ ਵਿੱਚ ਉਤਸ਼ਾਹ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕੋਈ ਥਕਾਵਟ ਨਹੀਂ। ਇਹਨਾਂ ਨੂੰ ਖੁਸ਼ੀ ਹੁੰਦੀ ਹੈ ਵੀ ਗੁਰੂ ਦੇ ਦੁਆਰੇ ਜਾ ਰਹੇ ਹਾਂ। ਜਿਉਂ ਚੱਲਦਿਆਂ ਚੱਲਦਿਆਂ ਸੰਗਤਾਂ ਦੇ ਪੈਰਾਂ ਦੇ ਵਿੱਚ ਸਾਲੇ ਵੀ ਪੈ ਜਾਣੇ, ਅਤੇ ਇਹ ਗੁਰੂ ਦੀ ਬਖਸ਼ਿਸ਼ ਹੈ ਵੀ ਨਾ ਸਾਨੂੰ ਉਹਨਾਂ ਸਾਲਿਆਂ ਦੀ ਪਰਵਾਹ, ਨਾ ਗਰਮੀ ਦੀ ਪਰਵਾਹ, ਨਾ ਸਫ਼ਰ ਦੀ ਪਰਵਾਹ, ਨਾ ਉੱਤੋਂ ਧੁੱਪ ਦੀ ਪਰਵਾਹ, ਕਿਉਂਕਿ ਉੱਤੋਂ ਵੀ ਧੁੱਪ ਅਤੇ ਥੱਲਿਓਂ ਵੀ ਸੜਕ ਗਰਮ, ਫਿਰ ਵੀ ਗੁਰੂ ਦੀ ਬਖਸ਼ਿਸ਼ ਹੈ। ਕਿਉਂ? ਕਿਉਂਕਿ ਉਹਦਾ ਨਾਮ ਹੀ ਇੰਨਾ ਕੁ ਠੰਡਾ ਹੈ ਵੀ ਧੁੱਪ ਦੀ ਪਰਵਾਹ ਹੀ ਨਹੀਂ ਹੋਣ ਦਿੰਦਾ। ਮਾਲਕ ਕਿਰਪਾ ਕਰੇ, ਇਸੇ ਤਰ੍ਹਾਂ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰ। ਇਹ 1994 ਸ਼ੁਰੂ ਕੀਤੀ ਸੀ, ਸਰਬੱਤ ਦੇ ਭਲੇ ਵਾਸਤੇ ਇਹ ਯਾਤਰਾ ਜਿਹੜੀ ਉਹ ਕੀਤੀ ਜਾਂਦੀ ਹੈ, ਕਦਮ ਕਦਮ ਨਾਮ ਸਿਮਰਨ ਕਰਦਿਆਂ ਹੋਇਆਂ ਜੀ। ਅਤੇ ਇਹਦਾ ਨਿਤਕਰਮ ਯਾਤਰਾ ਦਾ ਜਿਹੜਾ ਹੈਗਾ ਉਹ ਰਾਤ ਸੰਗਤ 12 ਵਜੇ ਉੱਠਦੀ ਹੈ, 1:30 ਵਜੇ ਤੱਕ ਇਸ਼ਨਾਨ ਕਰਕੇ ਅਤੇ ਉਹ ਤਿਆਰ ਹੁੰਦੇ ਆ, 1:30 ਵਜੇ ਤੱਕ ਹਲਵਾਈ ਆਪਣੇ ਨਾਲ ਹੁੰਦੇ ਨੇ, ਉਹ ਨਾਸ਼ਤਾ ਤਿਆਰ ਕਰਦੇ ਨੇ। ਨਾਸ਼ਤਾ ਤਿਆਰ ਕਰਕੇ 2 ਵਜੇ ਸੰਗਤ ਮੀਂਹ ਝੱਖੜ ਹਨੇਰੀ ਜੋ ਵੀ ਆਪਾਂ ਚੱਲ ਪੈਣਾ ਹੁੰਦਾ ਜੀ, 2 ਵਜੇ ਚੱਲ ਕੇ 1.5 ਘੰਟੇ ਤੱਕ ਸਤਨਾਮ ਵਾਹਿਗੁਰੂ ਦਾ ਨਰੋਲ ਜਾਪ ਕਰਨਾ, ਉਸ ਤੋਂ ਬਾਅਦ ਨਿਤਨੇਮ ਬਾਣੀਆਂ ਦੇ ਪਾਠ ਜਿਹੜੇ ਸ਼ੁਰੂ ਹੋ ਜਾਂਦੇ ਨੇ, ਉਸ ਤੋਂ ਬਾਅਦ ਹਲਵਾਈ ਜਿਹੜੇ ਆਪਣਾ ਹੈਵੀ ਨਾਸ਼ਤਾ ਪਿੱਛੇ ਲੈ ਕੇ ਆ ਜਾਂਦੇ ਨੇ, ਅਤੇ ਇਸ ਤਰ੍ਹਾਂ ਮਤਲਬ ਆਪਾਂ ਨਾਸ਼ਾ ਛਾ ਕੇ ਅੱਗੋਂ ਚੱਲ ਪੈਂਦੇ ਹਾਂ ਆਸਾ ਦੀ ਵਾਰ ਦੇ ਕੀਰਤਨ, ਹੋਰ ਕਥਾ ਵਿਚਾਰਾਂ ਜੋ ਵੀ ਮਤਲਬ ਸੰਗਤ ਨੂੰ ਠੀਕ ਲੱਗਣ।
ਅਤੇ ਇਸ ਤਰ੍ਹਾਂ ਕਰਦਾ ਕਰਦਾ ਆਪਣੀ 10-11 ਵਜੇ ਤੱਕ ਆਪਣਾ 22-24 ਕਿਲੋਮੀਟਰ ਸਫ਼ਰ ਜਿਹੜਾ ਕਰ ਲਈਦਾ। ਦੁਪਹਿਰ ਨੂੰ ਸਾਡੀ ਰੈਸਟ ਹੁੰਦੀ ਆ ਥੋੜ੍ਹੀ ਜਿਹੀ 3 ਵਜੇ ਤੱਕ। ਸੰਗਤਾਂ ਨੂੰ ਪਸੀਨਾ ਜ਼ਿਆਦਾ ਹੋਣ ਕਰਕੇ ਗਰਮੀ ਦੇ ਵਿੱਚ ਕੱਪੜੇ ਕੁੱਪੜੇ ਰਸ ਉੱਚੇ ਹੋਣਾ, ਆਪਣਾ ਨਹਾਉਣਾ ਧੋਣਾ ਹੁੰਦਾ, ਨਹਾ ਕੇ ਰੈਸਟ ਕਰਕੇ 3 ਵਜੇ ਆਪਾਂ ਫਿਰ ਚੱਲ ਪੈਂਦੇ ਹਾਂ। ਚੱਲਦਿਆਂ ਹੀ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਉਹ ਆਰੰਭ ਹੋ ਜਾਂਦੇ ਨੇ ਸੰਗਤ ਰੂਪ ਦੇ ਵਿੱਚ, ਅਤੇ ਉਸ ਤਰ੍ਹਾਂ ਹੀ ਸ਼ਾਮ ਨੂੰ ਮੁੱਲਾ ਰਹਿਰਾ ਸਾਫ਼ ਕਰਕੇ ਸੰਗਤ ਜਿਹੜੀ ਰਾਤ ਕੋਈ 7-7-8 ਵਜੇ ਤੱਕ ਮੁੰਡੇ ਆਪਣੇ ਪੜਾਅ 'ਤੇ ਪਹੁੰਚ ਜਾਂਦੇ ਨੇ। ਇਹ ਤਾਂ ਵੇਖਿਆ ਹੀ ਬਣਦਾ ਜੀ। ਹੁਣ ਤੁਸੀਂ ਹਿਸਾਬ ਲਓ ਵੀ ਇੰਨੀ ਗਰਮੀ ਵਿੱਚ ਘਰੋਂ ਨਿਕਲਣਗੇ, ਕਹਿੰਦਾ ਸੰਗਤਾਂ ਦੇਖੋ ਮਤਲਬ ਕਿਰਪਾ ਹੀ ਸਾਰੀ ਜਿਹੜੀ ਆ। ਕੁਛ ਤਾਂ ਇੱਥੋਂ ਮਤਲਬ ਜਿਹੜਾ ਅੱਗੇ ਗਏ ਨੇ, ਜਿਹੜਾ ਉਹਨਾਂ ਨੂੰ ਮਤਲਬ ਰਾਤ ਨੂੰ ਮਤਲਬ ਆਪਣਾ ਲਾਗੇ ਜਾ ਕੇ ਘਰ ਵਿੱਚ ਜੋ ਹੋਣ ਦੇ ਜਾਂ ਕਈ ਕੰਮ ਹੁੰਦੇ ਜ਼ਰੂਰੀ ਕੰਮ, ਤਾਂ ਸੰਗਤ ਜਿਹੜੀ ਆ ਲਗਭਗ 100-125 ਦੇ ਕਰੀਬ ਜਿਹੜੀ ਉਹ ਉੱਥੇ ਜਿਹੜੀ ਆ ਜਦੋਂ ਦਰਸ਼ਨ ਕਰਨ ਜਾਂਦੇ ਪਹੁੰਚਦੀ ਹੈ। ਇਸ ਤੋਂ ਬਾਅਦ ਸਾਨੂੰ ਸੰਗਤ ਜਿਹੜੀ ਖਾਣ ਦੀ ਪ੍ਰੋਬਲਮ ਖੜੀ ਹੁੰਦੀ ਹੈ, ਕਿਉਂਕਿ ਉਹ ਪਹਾੜਾਂ ਦੇ ਵਿੱਚ ਜਗ੍ਹਾ ਬੜੀ ਬਹੁਤ ਘੱਟ ਮਿਲਦੀ ਹੈ, ਰਹਿਣ ਵਾਸਤੇ ਜਗ੍ਹਾ ਚਾਹੀਦੀਆਂ ਨੇ। ਗਰਮੀ ਮੌਸਮ ਹਵਾ ਉਹ ਧੰਨ ਤਾਂ ਨੇ ਗੁਰੂ ਮਹਾਰਾਜ ਸ਼ੁਕਰਾਨੇ ਕਰਦੇ, ਸ਼ੁਕਰ ਹੈ ਗੁਰੂ ਦੀ ਕਿਰਪਾ ਕੀਤੀ ਹੈ, ਸੰਗਤ ਦਾ ਦਰਸ਼ਨ ਹੋਏ ਨੇ, ਉਹਨਾਂ ਗੁਰੂ ਮਹਾਰਾਜ ਦਰਸ਼ਨ ਹੋਏ ਨੇ ਜੀ, ਇਹਨਾਂ ਸਮਝਦੇ ਮਤਲਬ ਆਪਣੇ ਰੋਡ ਭਾਗੀ ਸਮਝਦੇ ਨੇ ਜੀ ਉਹਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਸੰਗਤ ਡੇਰਾ ਬਾਬਾ ਨਾਨਕ 2 ਜੂਨ ਨੂੰ ਜਿਹੜੀ ਪੈਦਲ ਯਾਤਰਾ ਆਰੰਭ ਹੋਈ ਸੀ, ਅੱਜ ਦਾਸ ਦੇ ਗ੍ਰਹਿ ਵਿਖੇ ਬਟਾਲੇ ਪਹੁੰਚੀ ਹੈ। ਅਸੀਂ ਬੜਾ ਖੁਸ਼ ਹਾਂ ਪਰਿਵਾਰ ਵਾਂ ਵੀ ਇਹ ਸੰਗਤ ਦੇ ਦਰਸ਼ਨ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਹੈ। ਇਹਨਾਂ ਦੀ ਜਿੰਨੇ ਵੀ ਜੋਗੇ ਹਾਂ ਸੇਵਾ ਕੀਤੀ ਹੈ। ਗਾਂ ਵੀ ਤੁਸੀਂ ਵੇਖ ਲਓ, ਜਿੰਨਾ ਜਿੰਨਾ ਗਾਂ ਜਾਣਾ ਉੱਨੇ ਉੱਨੇ ਵੱਡੇ ਕਾਫਲੇ ਬਣਦੇ ਜਾਂਦੇ ਨੇ। ਡਾਕਟਰ ਗੁਰਦੇਵ ਸਿੰਘ ਹੋਣਾ ਦਾ ਬਹੁਤ ਤਗੜਾ ਉਪਰਾਲਾ ਵਾ, ਜਿਹੜੀ ਸੰਗਤ ਨੂੰ ਇੰਨਾ ਲੈ ਕੇ ਉਤਸ਼ਾਹ ਕੀਤਾ, ਅਤੇ ਬਟਾਲੇ ਦੇ ਵਿੱਚ ਇੱਕ ਨਹੀਂ ਅਨੇਕਾਂ ਥਾਵਾਂ 'ਤੇ ਇਹਨਾਂ ਦਾ ਭਰਵਾਂ ਸਵਾਗਤ ਹੋਣਾ ਵਾ। ਮੈਂ ਆਪਣੇ ਵੱਲੋਂ ਇਹਨਾਂ ਨੂੰ ਦਿਲ ਦੀਆਂ ਗਰਾਹੀਆਂ ਤੋਂ ਜੀ ਆਇਆਂ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਪੈਦਲ ਯਾਤਰਾ, 10ਵੇਂ ਪਾਤਸ਼ਾਹ ਨੇ ਪਿਛਲੇ ਜਨਮ ਵਿੱਚ ਉੱਥੇ ਤਪ ਕੀਤਾ। ਜਿੰਨੇ ਵੀ ਦੇਵੀ ਦੇਵਤੇ ਪੀਰ ਪੈਗੰਬਰ ਆਏ ਨੇ ਉਹਨਾਂ ਨੇ ਆਪਣੀ ਕਹਾਣੀ ਆਪ ਨਹੀਂ ਲਿਖੀ, ਕੇਵਲ 10ਵੇਂ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਆਪਣੀ ਕਹਾਣੀ ਸੰਸਾਰ 'ਤੇ ਆਉਣ ਦੀ ਆਪ ਲਿਖੀ ਹੈ। ਆਪ ਕਿਰਪਾ ਕਰਦੇ ਨੇ, ਹੇਮ ਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਤ ਹੈ ਤਹਾਂ, ਤੈ ਹਮ ਅਦਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਅਰਾਧੀ। ਉਹ ਆਪਣੀ ਵੀ ਗੱਲ ਕਰਦੇ ਨੇ, ਪੰਡ ਰਾਗ ਜਿਹਾ ਯੋਗ ਕਮਾਵਾ। ਉੱਥੇ ਪਾਂਡਵਾਂ ਨੇ ਵੀ ਕਦੇ ਯੋਗ ਕਮਾਇਆ ਪਰਮਾਤਮਾ ਦਾ। ਜਦੋਂ ਆਪਾਂ ਉੱਥੇ ਜਾਣਾ, ਉੱਥੇ ਸਾਨੂੰ ਇਹੀ ਉਤਸ਼ਾਹ ਮਿਲਦਾ ਵੀ ਅਸੀਂ ਇੱਥੇ ਪਰਮਾਤਮਾ ਦਾ ਨਾਮ ਲਈਏ, ਅਤੇ ਜੇ ਜਾ ਕੇ ਆਪਾਂ ਆ ਗਏ ਅਤੇ ਪਰਮਾਤਮਾ ਦਾ ਨਾਮ ਲਿਆ, ਫਿਰ ਨਹੀਂ ਕੋਈ ਫਾਇਦਾ। ਇੱਕ ਤਾਂ ਮਹਾਰਾਜ ਲਿਖਤੀ ਤੌਰ 'ਤੇ ਸਾਨੂੰ ਕਹਿੰਦੇ ਨੇ, ਇਹ ਮੋਰ ਆਗਿਆ ਸੁਣੋ ਰੇ ਪਿਆਰੇ, ਬਿਨਾ ਤੇਗ ਕੇਸੰਗ ਦਿਓ ਆਨੰਦ ਦਾਰੇ। ਵੀ ਜਿਹੋ ਜਿਹਾ ਸਾਨੂੰ ਰੂਪ ਪਰਮਾਤਮਾ ਨੇ ਦਿੱਤਾ ਨਾ, ਉਹੋ ਜਿਹੇ ਬੰਦੇ ਨੂੰ ਚੰਗਾ ਲੱਗੇ। ਕਿਉਂਕਿ ਕੋਈ ਕਿਸੇ ਦਾ ਧਰਮ ਨਹੀਂ, ਕੋਈ ਕਿਸੇ ਦਾ ਨਹੀਂ। ਜਦੋਂ ਮਾਤਾ ਦੇ ਪੇਟ 'ਚ ਹੁੰਦੇ ਹਾਂ ਸਾਰੇ, ਜੈਸੀ ਉਪਜੈ ਪੇਟ 'ਤੇ ਪਰਮਾਤਮਾ ਦੇ, ਤੈਸੀ ਨਿਭੈ ਓੜ, ਹੀਰਾ ਕਿਸਕਾ ਬਪੜਾ, ਪੁੱਜੇ ਨਾ ਰਤਨ ਕਰੋੜ। ਇਸ ਕਰਕੇ ਸਾਨੂੰ ਉੱਥੋਂ ਜਾ ਕੇ ਉਤਸ਼ਾਹ ਮਿਲਦਾ ਵੀ ਅਸੀਂ ਜਾ ਕੇ, ਜਦੋਂ ਮਹਾਰਾਜ ਕਹਿੰਦੇ ਨੇ ਇਹ ਵਿਧ ਕਰਤ ਤਪੱਸਿਆ ਪਿਓ, ਦਵੈ ਤੇ ਇੱਕ ਰੂਪ ਹੋਏ ਗਏ। ਜਿਵੇਂ ਹੁਣ ਤੁਹਾਡੇ 'ਤੇ ਜੇ ਪਰਮਾਤਮਾ 'ਚ ਫਰਕ ਹੈ, ਸਾਡੇ 'ਚ ਉਹਦਾ ਪਰਮਾਤਮਾ ਦਾ ਨਾਮ ਜਪਦੇ ਜਪਦੇ ਆਪਾਂ ਇੱਕ ਹੋਣਾ। ਇਸ ਕਰਕੇ ਉੱਥੋਂ ਸਾਨੂੰ ਜਾ ਕੇ ਉਤਸ਼ਾਹ ਮਿਲਦਾ,